ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਵੱਲੋਂ ਉੱਥੇ ਲਾਠੀਚਾਰਜ ਕੀਤਾ ਗਿਆ, ਉੱਥੇ ਗੋਲੀ ਚਲਾਈ ਗਈ, ਉੱਥੇ ਕਿਸਾਨ ਦੋ ਮਾਰੇ ਗਏ। ਇਹ 14 ਮਾਰਚ 2004 ਦੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਲਿਆ ਜੇ ਫਾਇਰਿੰਗ ਔਨ ਫਾਰਮਰ ਡਿਊਰਿੰਗ ਕੈਪਟਨ ਅਮਰਿੰਦਰ ਸਿੰਘ ਰਜੀਮ, ਆਪਣੇ ਆਪ ਸਾਰਾ ਕੁਛ ਆਜੂਗਾ। ਉਹਦੇ ਚ ਕਿਸਾਨ ਮਾਰੇ ਗਏ ਫੱਟੜ ਹੋਏ, ਕੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਕੀਤੇ ਸੀਗੇ? ਕਿਉਂ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਦੇ ਉਹਦੇ ਦਿਸ਼ਾ ਨਿਰਦੇਸ਼ਾਂ ਤੇ ਗੋਲੀ ਚੱਲੀ ਸੀਗੀ? ਹੁਣ ਜਿਹੜੀ ਬਹਿਬਲ ਕਲਾਂ ਚ ਵਾਪਰਿਆ, ਜੋ ਕੁਛ ਉੱਥੇ ਘਟਨਾ ਵਾਪਰੀ ਹੈ, ਕੋਟਕਪੂਰਾ ਚ ਸੁੱਖੀ ਸਾਹ ਦੀ ਗੱਲ ਲਗਭਗ, ਮਤਲਬ ਬਿਨਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਏ ਤਾਂ ਉੱਥੇ ਸਾਰਾ ਕੁਛ ਹੋ ਜਾਂਦਾ, ਜਿਹਦੇ ਬਾਰੇ ਰਾਤ ਸਾਰਾ ਕੁਛ ਭੱਜ ਦੌੜ ਚੱਲਦੀ ਰਹੀ, ਜਿਹਦੇ ਬਾਰੇ ਗੱਲਾਂ ਪਤਾ ਚੱਲਦੀਆਂ ਰਹੀਆਂ। ਤੇ ਬਹਿਬਲ ਕਲਾਂ ਕਿਉਂ ਅਜਿਹਾ ਵਾਪਰਿਆ? ਬਹਿਬਲ ਕਲਾਂ ਇਸ ਕਰਕੇ ਵਾਪਰਿਆ ਕਿ ਜਦੋਂ ਕੋਟਕਪੂਰਾ ਦਾ ਇੰਸੀਡੈਂਟ ਹੋਇਆ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਮਿੰਟਾਂ ਸਕਿੰਟਾਂ ਦੇ ਵਿੱਚ ਅਜਿਹੀ ਹਨੇਰੀ ਆ ਗਈ ਕਿ ਇੱਥੇ ਗੋਲੀ ਚੱਲ ਗਈ, ਇੱਥੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਇੱਥੇ ਆਹ ਕਰ ਦਿੱਤਾ ਗਿਆ, ਉਹ ਕਰ ਦਿੱਤਾ ਗਿਆ। ਜਿੰਨੇ ਚਿਰ ਪੁਲਿਸ ਜਿਹੜੀ ਬਹਿਬਲ ਕਲਾਂ ਪਹੁੰਚੀ ਹੈ ਉਸ ਤੱਕ ਜਾਂਦਿਆਂ ਨੂੰ ਜਿਹੜੀ ਸੰਗਤ ਸੀ ਉਹ ਟੋਟਲੀ ਪ੍ਰਵੋਕ ਸੀਗੀ, ਸੰਗਤ ਦੇ ਵਿੱਚ ਗੁੱਸਾ ਸੀਗਾ, ਇਹ ਸਾਡੇ ਸਿੱਖਾਂ ਦੇ ਉੱਤੇ ਹਮਲਾ ਕਰਕੇ ਆਏ ਨੇ, ਉੱਥੇ ਸਿੱਖਾਂ ਨੂੰ ਸ਼ਹੀਦ ਕਰਕੇ ਆਏ ਨੇ, ਉਹ ਜਿਹੜੇ ਗੁੱਸੇ ਕਰਕੇ ਉੱਥੇ ਜੋ ਕੁਛ ਵੀ ਅੱਜ ਠੀਕ ਹੈ, ਇਹਨਾਂ ਦੀ ਰਣਜੀਤ ਸਿਚੁਏਸ਼ਨ ਵੀ ਇਹਨਾਂ ਦਾ ਸੀਗਾ, ਸਿੱਟ ਵੀ ਇਹਨਾਂ ਦੀ ਹੈ, ਔਰ ਜਿਸ ਤਰ੍ਹਾਂ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕਹਾਣੀਆਂ ਘੜੀਆਂ ਜਾ ਰਹੀਆਂ, ਸਟੋਰੀਆਂ ਬਣਾਈਆਂ ਜਾ ਰਹੀਆਂ ਹੈ, ਹੈਰਾਨੀ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਤੱਥ ਸਾਹਮਣੇ ਲਿਆਉਣ ਤੋਂ, ਕਿਸੇ ਤਰ੍ਹਾਂ ਸਬੂਤ ਲਿਆਉਣ ਤੋਂ ਬਿਨਾਂ ਹੀ ਇੱਕ ਕਹਾਣੀ ਬਣਾ ਕੇ ਪੇਸ਼ ਕਰਨ ਦੇ ਨਾਲ ਇਸ ਤਰ੍ਹਾਂ ਚਲਾਨ ਨਹੀਂ ਚੱਲਦੇ। ਔਰ ਚਲਾਨ ਵੀ ਉਹ ਜਿਹੜੇ ਸਿੱਟ ਵੱਲੋਂ ਨੇ ਪੇਸ਼ ਕੀਤਾ ਜਾ ਰਿਹਾ, ਸਿੱਟ ਇੰਚਾਰਜ ਵੱਲੋਂ ਨੇ, ਹੈੱਡ ਵੱਲੋਂ ਨੇ ਪੇਸ਼ ਕੀਤਾ ਜਾ ਰਿਹਾ, ਹੈੱਡ ਜਿਹੜਾ ਡੀਜੀਪੀ ਨੂੰ ਲਿਖ ਰਿਹਾ ਕਿ ਸਾਡੇ ਨਾਲ ਕੰਸਲਟ ਨਹੀਂ ਕੀਤਾ ਗਿਆ। ਸ਼ਾਇਦ ਤੁਸੀਂ ਮੀਡੀਆ ਰਿਪੋਰਟਸ ਪੜ੍ਹੀਆਂ ਕਿ ਨਹੀਂ ਪੜ੍ਹੀਆਂ, ਬਕਾਇਦਾ ਉਹਨਾਂ ਨੇ ਕੋਡ ਕੀਤਾ ਆ ਡੇਲੀ ਬਰਡ ਨੇ, ਮਨੀਸ਼ ਤਿਵਾਰੀ ਜਿਹੜੇ ਬੜੇ ਸੀਨੀਅਰ ਕੋਰਸਪੋਂਡੈਂਟ ਨੇ, ਐਡੀਟਰ ਇਨ ਚੀਫ ਨੇ ਡੇਲੀ ਬਰਡ ਦੇ, ਉਹਨਾਂ ਨੇ ਬਕਾਇਦਾ ਜਿਹੜੀ ਮੀਡੀਆ ਰਿਪੋਰਟਿੰਗ ਜਿਹੜੀ ਆ ਬੜੀ ਵੱਡੇ ਪੱਧਰ ਤੇ ਕੀਤੀ ਹੈ। ਇਸ ਕਰਕੇ ਜਿਹੜੀ ਗੱਲ ਆ, ਇਹ ਸਾਰੀ ਇੱਕ ਰਾਜਨੀਤੀ, ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ। ਹੈਲੋ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਸੋਟੀ ਸਾਹਿਬ, ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ ਜਦ ਤੇ ਮੈਂ ਸਵਾਲ ਪੁੱਛਦਾ, ਤੁਸੀਂ ਮਾੜ ਜੀ ਡਾਇਰੈਕਸ਼ਨ ਆਪਣੀ ਚੇਂਜ ਕਰ ਲਓ। ਬਟੋਆ ਸਾਹਿਬ, ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਅਕਾਲੀ ਅਕਸਰ ਕਹਿੰਦੇ ਨੇ ਕਿ ਬੇਅਦਬੀ ਕਰਾਉਣ ਵਾਲੇ ਦਾ ਕੱਖ ਨਾ ਰਹੇ, ਉਹ ਕਹਿੰਦੇ ਅਕਾਲੀ ਇਹ ਕਹਿ ਸਕਦੇ ਨੇ ਕਿ ਡੇਰਾ ਮੁਖੀ ਨੂੰ ਮਾਫ਼ੀ ਦੇਣ ਵਾਲੇ ਦਾ ਵੀ ਕੱਖ ਨਾ ਰਹੇ? ਦੇਖੋ, ਡੇਰਾ ਮੁਖੀ ਨੂੰ ਮਾਫ਼ੀ ਵਾਲਾ ਮਾਮਲਾ 2015 ਦਾ ਗਰਮਾਇਆ ਹੋਇਆ, ਔਰ ਮੇਰੇ ਵਰਗੇ ਵਿਅਕਤੀ ਉਹ ਸੀਗੇ ਜਿਨ੍ਹਾਂ ਨੇ ਭਰੀ ਸਭਾ ਦੇ ਵਿੱਚ ਜਦੋਂ ਜਿਸ ਦਿਨ ਉਹਨੂੰ ਮਾਫ਼ ਕੀਤਾ ਗਿਆ ਤੇ ਮੀਟਿੰਗ ਚੱਲ ਰਹੀ ਸੀ, ਮੀਟਿੰਗ ਦੇ ਵਿੱਚ ਕਿਸੇ ਅਕਾਲੀ ਲੀਡਰ ਵੱਲੋਂ ਅਨਾਊਂਸ ਕੀਤਾ ਗਿਆ ਤੇ ਮੈਂ ਵਾਹਿਦ ਸ਼ਖਸ ਸੀਗਾ ਜਿਹਨੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਕਿ ਇਹ ਮਾੜਾ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਔਰ ਇਹਦੇ ਬਾਰੇ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਆਪਣੀ ਕੀਤੀ ਹੋਈ ਗਲਤੀ ਨੂੰ ਆਪਣੀ ਝੋਲੀ 'ਚ ਪਾ ਚੁੱਕੇ ਨੇ, ਮਾਫ਼ੀ ਮੰਗ ਚੁੱਕੇ ਨੇ ਕਿ ਸਾਡੇ ਕੋਲੋਂ ਗਲਤੀ ਹੋਈ ਆ, ਮੇਰੇ ਕੋਲੋਂ ਗਲਤੀ ਹੋਈ ਆ, ਅਜਿਹਾ ਨਹੀਂ ਸੀ ਹੋਣਾ ਚਾਹੀਦਾ, ਔਰ ਜੇਕਰ ਅਜਿਹਾ ਕੀਤਾ ਗਿਆ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਜਿਹੜਾ ਆਦੇਸ਼ ਜਾਰੀ ਕੀਤਾ ਗਿਆ ਸੀ, ਅਜੇ ਕਿ ਮਾਫ਼ੀ ਉਹ ਕਹਿੰਦੇ ਕਿ ਅਸੀਂ ਮਾਫ਼ੀ ਨਹੀਂ ਸੀ ਦਿੱਤੀ, ਮਾਫ਼ੀ ਨੂੰ ਜਿਹੜਾ ਲੈਟਰ ਨੂੰ ਅਸੈਪਟ ਕੀਤਾ ਸੀਗਾ, ਹਾਂਜੀ। ਹੁਣ ਉਹਦੇ ਬਾਰੇ ਆਪਾਂ ਇਹ ਵਾਰ ਵਾਰ ਮਾਫ਼ੀ ਵਾਲੀ ਗੱਲ ਚੱਲਦੀ ਹੈ, ਪਰ ਜਦੋਂ ਸਾਰੀ ਗੱਲ ਨੂੰ ਆਪਦੀ ਝੋਲੀ 'ਚ ਪਾ ਚੁੱਕੇ ਹੈ, ਇੱਕ ਉਹ ਬੰਦਾ ਜਿਹੜਾ ਅਹੁਦਾ ਛੱਡ ਰਿਹਾ ਹੈ, ਯਕੀਨੀ ਵੀ ਕਿਸੇ ਨੇ ਅਹੁਦਾ ਲੈਣਾ ਤੇ ਉਹ ਕਿਸੇ ਦੇ ਗਨਾਹ ਨੂੰ ਛੁਪਾਊਗਾ ਤੇ ਆਪਦੇ ਸਿਰ ਤੇ ਲਊਗਾ, ਇੱਕ ਬੰਦਾ ਅਹੁਦਾ ਛੱਡ ਰਿਹਾ ਹੈ ਉਹ ਸੱਚ ਬੋਲੂਗਾ, ਔਰ ਸੱਚ ਉਹਨਾਂ ਨੇ ਬੋਲਿਆ ਕਿ ਮੈਂ ਮੇਰੇ ਤੋਂ ਗਲਤੀ ਹੋਈ ਹੈ, ਮੈਂ ਸੰਗਤ ਕੋਲੋਂ
ਮਾਫੀ ਮੰਗਦਾ ਭੁੱਲਣ ਅੰਦਰ ਸਭ ਕੁਛ ਭੁੱਲ, ਗੁਰੂ ਕਰਤਾਰ ਪਤਾ ਨੀ ਉਹਨੇ ਕਿਹੜੀ ਕਿਹੜੀਆਂ ਗੁਰਬਾਣੀ ਦੀਆਂ ਤੁੱਕਾਂ ਜਿਹੜੀਆਂ ਵਰਤੀਆਂ ਆ, ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗ ਕੇ ਬਕਾਇਦਾ ਉਸ ਹੋਏ ਗੁਨਾਹ ਨੂੰ ਜਾਂ ਉਸ ਹੋਈ ਗਲਤੀ ਨੂੰ ਸਵੀਕਾਰ ਕੀਤਾ ਸੀਗਾ। ਇਹ ਭੌਂ ਕੇ ਲਿਜਾ ਕੇ ਇੱਧਰ ਉੱਧਰ ਲਿਜਾਣਾ, ਔਰ ਸਭ ਤੋਂ ਵੱਡੀ ਗੱਲ ਹੈ, ਮੈਂ ਨਾ ਮੰਨ ਲਓ ਵੀ ਕਿਸੇ ਨੇ ਪਿੱਛੇ ਪਰਦੇ ਦੇ ਪਿੱਛੇ ਕਿਸੇ ਤਰ੍ਹਾਂ ਦਾ ਕੋਈ ਰੋਲ ਅਦਾ ਕੀਤਾ ਹੋਊਗਾ ਮਾਫੀ ਦੇ ਦਵਾਉਣ ਦੇ ਵਿੱਚ ਜਾਂ ਮਾਫੀ ਇਹ ਕਰਵਾਉਣ ਦੇ ਵਿੱਚ, ਮੰਨ ਲਿਆ। ਜਦੋਂ ਬਾਦਲ ਪਰਿਵਾਰ ਇਹ ਕਹਿੰਦਾ ਅਸੀਂ ਵੀ ਸ੍ਰੀ ਹਰਿਮੰਦਰ ਸਾਹਿਬ ਚੱਲਦੇ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਦਰਬਾਰ ਸਾਹਿਬ ਆਵੇ, ਤੇ ਜਿਹਨੇ ਬੇਅਦਬੀ ਕੀਤੀ ਆ, ਜਿਹਨੇ ਕਰਵਾਈ ਆ, ਜਿਹੜੇ ਵੀ ਕਰਵਾਉਣ ਚ ਸ਼ਾਮਿਲ ਨੇ ਜਾਂ ਜਿਹੜੇ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਉਹਨਾਂ ਦਾ ਕੱਖ ਨਾ ਰਹੇ, ਅਸੀਂ ਕਹਿਣ ਦੀ ਤਿਆਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹੂਗਾ। ਹਾਂਜੀ, ਉਸ ਪਾਸੇ ਤੋਂ ਕੋਈ ਆਉਂਦਾ ਨਹੀਂ, ਕੇਵਲ ਕੇਵਲ ਗੰਦੀ ਸਿਆਸਤ ਕਰਨੀ ਬਜਾਏ। ਅਗਲਾ ਸਵਾਲ ਮੈਂ ਪੁੱਛਣਾ ਬਟੂਆ ਸਾਹਿਬ, ਤੁਸੀਂ ਖਡੂਰ ਸਾਹਿਬ ਵਰਗਾ ਟਕਸਾਲੀ ਹਲਕਾ ਵੀ ਹਾਰ ਗਏ ਹੋ, ਮੰਨਿਆ ਜਾਵੇ ਕਿ ਪੰਥਕ ਵੋਟਰ ਅੱਜ ਵੀ ਨਾਰਾਜ਼ ਹਨ? ਦੇਖੋ, ਇਹਦੇ ਪਿੱਛੇ ਦੋ ਤਿੰਨ ਕਾਰਨ ਨੇ ਜਿਹੜੀ ਖਡੂਰ ਸਾਹਿਬ ਕੌਂਸਟੀਚੁਐਂਸੀ ਤੋਂ ਹਾਰ ਹੋਈ ਹੈ। 2,13,000 ਜਿਹੜੀ ਵੋਟ ਬੀਬੀ ਖਾਲੜਾ ਨੇ ਖੜੀ ਹੈ, ਉਹ ਪੰਥਕ ਵੋਟ ਖੜੀ ਹੈ, ਸਿੱਖ ਵੋਟ ਖੜੀ ਹੈ, ਪਰ 2,13,000 ਵੋਟ ਕੋਈ ਥੋੜ੍ਹੀ ਨਹੀਂ ਹੁੰਦੀ। ਹਾਂਜੀ, ਉਹ 2,13,000 ਵੋਟ ਲੈ ਗਏ, ਉਹ ਪੰਥਕ ਵੋਟ ਖੜੀ ਹੈ, ਸਿੱਖ ਵੋਟ ਖੜੀ ਹੈ, ਅਕਾਲੀ ਦਲ ਦੀ ਵੋਟ ਖੜੀ ਹੈ। ਮੈਂ ਕਹਿੰਦਾ ਕਿ 100% ਅਕਾਲੀ ਦਲ ਦੀ ਵੋਟ ਹੈ, ਪਰ ਘੱਟ ਤੋਂ ਘੱਟ 70-75% ਜਿਹੜੀ ਅਕਾਲੀ ਦਲ ਦੀ ਵੋਟ ਗਈ ਹੈ, ਥੋੜ੍ਹੀ 70-75% ਅਕਾਲੀ ਦਲ ਦੀ ਵੋਟ ਗਈ ਹੈ। ਅਸੀਂ ਪਿੰਡਾਂ 'ਚ ਰਹੇ ਹਾਂ, ਮੇਰੇ ਹਲਕੇ ਨਾਲ ਸੰਬੰਧਿਤ ਨੇ ਬੀਬੀ ਪਰਮਜੀਤ ਕੌਰ ਖਾਲੜਾ ਮੇਰੀ ਕੌਂਸਟੀਚੁਐਂਸੀ 'ਚ ਪੈਂਦਾ ਆ, ਮੈਂ ਉੱਥੋਂ ਨਾਲ ਸੰਬੰਧਿਤ ਹੈ। ਹਾਂਜੀ, ਔਰ ਖਾਸ ਕਰਕੇ ਜਿਹੜੇ ਤਰਨ ਤਾਰਨ ਦੇ 4 ਜ਼ਿਲ੍ਹੇ ਨੇ, ਉਹ 4 ਕੌਂਸਟੀਚੁਐਂਸੀ ਨੇ, ਉਹਨਾਂ ਬਾਰੇ ਤਾਂ ਮੈਂ ਜਾਣਦਾ ਹੀ ਹਾਂ, ਉੱਥੋਂ ਕਿਹੜੇ ਵੋਟਰ ਕਿੱਧਰ ਨੂੰ ਗਏ, ਕਿਸ ਰੂਪ 'ਚ ਗਏ, ਕਿਸ ਤਰ੍ਹਾਂ ਗਏ। ਹਾਂਜੀ, ਜਦੋਂ ਅਕਾਲੀ ਦਲ ਦਾ ਜਦੋਂ ਪੰਥਕ ਵੋਟ ਵੰਡੀ ਗਈ ਹੈ, ਅਕਾਲੀ ਦਲ ਦਾ ਵੋਟ ਹੀ ਵੰਡਿਆ ਗਿਆ, ਤੇ ਫਿਰ ਉੱਥੇ ਹੁਣ ਤਾਂ ਸੁਖਪਾਲ ਸਿੰਘ ਖਹਿਰਾ ਮੰਨ ਗਿਆ ਤੇ ਪਰਮਜੀਤ ਖਾਲੜਾ ਭਾਵੇਂ ਹਾਰ ਗਏ ਆ, ਪਰ ਅਸੀਂ ਅਕਾਲੀ ਦਲ ਨੂੰ ਤਾਂ ਨਹੀਂ ਜਿੱਤਣ ਦਿੱਤਾ। ਕਿਉਂ ਨਾ ਕਿਹਾ ਕਿ ਅਸੀਂ PDA ਨੇ ਭਾਵੇਂ ਅਸੀਂ ਕੁਛ ਨਹੀਂ ਜਿੱਤਿਆ, ਪਰ ਅਸੀਂ ਅਕਾਲੀ ਦਲ ਨੂੰ ਨਹੀਂ ਜਿੱਤਣ ਦਿੱਤਾ। ਇੱਕੋ ਮਕਸਦ ਸੀਗਾ, ਔਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖੜਿਆ ਕਰਨਾ ਵੀ ਕਾਰਨ ਇੱਕੋ ਸੀਗਾ ਕਿ ਅਕਾਲੀ ਦਲ ਜਿੱਤ।